ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ-ਤਾੜੇ ਆਪਣੇ ਚੈਨਲ ਐਮਐਸ ਟੈਲੋਜੀ ਸਟਡੀ ਫਾਰ ਜੋਬ ਦੇ ਵਿੱਚ ਔਰ ਗੱਲ ਕਰਾਂਗੇ ਪੀਐਸਟੈਟ 2018-19 ਦੀ ਔਰ ਜੋ ਕਿ ਇੱਕ ਨਵਾਂ ਅਪਡੇਟ ਜਿਹੜਾ ਇਹਨਾਂ ਦੀ ਵੈਬਸਾਈਟ ਤੇ ਜਿਹੜਾ ਸ਼ੋ ਹੋ ਚੁੱਕਿਆ ਔਰ ਤੁਸੀਂ ਦੇਖੋਗੇ ਕਿ ਪੀਐਸਟੈਟ ਲਈ ਦੁਬਾਰਾ ਰਜਿਸਟ੍ਰੇਸ਼ਨ ਖੁੱਲੇਗੀ ਜਾਂ ਨਹੀਂ ਔਰ ਦੁਬਾਰਾ ਅਪਲਾਈ ਕਰ ਸਕਣਗੇ ਜਾਂ ਨਹੀਂ ਔਰ ਜਿਨ੍ਹਾਂ ਦਾ ਕੈਂਡੀਡੇਟਾਂ ਦਾ ਜਿਹੜਾ ਸਾਈਟ ਬਿਜ਼ੀ ਹੋਣ ਕਰਕੇ ਲਾਸਟ ਡੇ ਤੇ ਜਿਹੜਾ ਅਪਲਾਈ ਨਹੀਂ ਹੋ ਰਿਹਾ ਹੈ ਔਰ ਉਹਨਾਂ ਦੀ ਇਹ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਅੰਤ ਤੱਕ ਮਿਲ ਜਾਏਗੀ ਔਰ ਕਰੈਕਸ਼ਨ ਕਿਸ ਤਰ੍ਹਾਂ ਕਰਨੀ ਹੈ ਕਿਵੇਂ ਹੋ ਸਕਦੀ ਹੈ ਔਰ ਕੀ ਕੀ ਗਲਤੀਆਂ ਜਿਹੜੀਆਂ ਸੁਧਾਰੀਆਂ ਜਾ ਸਕਦੀਆਂ ਉਹ ਵੀ ਤੁਹਾਨੂੰ ਦੱਸਾਂਗੇ ਔਰ ਤੁਸੀਂ ਸਭ ਤੋਂ ਪਹਿਲਾਂ ਇਹ ਕਿਸੇ ਵੀ Google ਦੇ ਬ੍ਰਾਊਜ਼ਰ ਵਿੱਚ ਜਾ ਕੇ ਤੁਸੀਂ ਕਰਨਾ ਹੈ ਕਿ pesta.net ਤੇ ਜਾਣਾ ਹੋਏਗਾ ਔਰ ਇੱਥੇ ਤੁਸੀਂ ਕਰਨਾ ਹੈ ਦੇਖੋਗੇ ਇੱਕ ਨਵਾਂ ਇਹਨਾਂ ਨੇ ਲਿੰਕ ਜਿਹੜਾ ਜਨਰੇਟ ਕਰ ਦਿੱਤਾ ਹੈ ਜਿਸ ਦੇ ਵਿੱਚ ਹੈਗਾ ਲੌਗਇਨ ਫਾਰ ਕਰੈਕਸ਼ਨ ਐਪਲੀਕੇਸ਼ਨ ਲੌਗਇਨ ਫਾਰ ਕਰੈਕਸ਼ਨ ਐਪਲੀਕੇਸ਼ਨ ਜੋ ਕਿ ਤੁਸੀਂ 28 ਤੱਕ ਕਰੈਕਸ਼ਨ ਕਰ ਸਕਦੇ ਹੋ ਔਰ ਆਪਣੀ ਜਿਹੜੀ ਫੀਸ ਜਿੰਨਾਂ ਨੇ ਹਲੇ ਤੱਕ ਨਹੀਂ ਅਪਡੇਟ ਕੀਤੀ ਔਰ ਫੀਸ ਵੀ ਜਿਹੜਾ ਸਬਮਿਟ ਕਰ ਔਰ ਗਲ ਕਰ ਸਕਦੇ ਆ ਇਸੀ ਜਿਹੜੀ ਲਿੰਕ ਤੇ ਤੁਸੀਂ ਓਪਨ ਕਰੋਗੇ ਔਰ ਲਿੰਕ ਤੇ ਓਪਨ ਕਰਨ ਦੇ ਟਾਈਮ ਹੀ ਜਿਹੜਾ ਤੁਹਾਡੇ ਕੇ ਇਸ ਤਰ੍ਹਾਂ ਤੁਸੀਂ ਆਪਣਾ ਇੱਥੇ ਐਪਲੀਕੇਸ਼ਨ ਪੜਨਾ ਹੋ ਗਿਆ ਪਹਿਲਾਂ ਦੀ ਹੀ ਤਰ੍ਹਾਂ ਆਪਣਾ ਪਾਸਵਰਡ ਪੜਨਾ ਹੋਏਗਾ ਫਿਰ ਉਸ ਤੋਂ ਬਾਅਦ ਜਿਹੜਾ ਤੁਹਾਡੇ ਕੇ ਸਕਿਉਰਿਟੀ ਕੋਡ ਹੈਗਾ ਉਸ ਨੂੰ ਤੁਸੀਂ ਇੰਟਰ ਕਰਨਾ ਹੋਏਗਾ ਮੈਂ ਤੁਹਾਡੇ ਕੇ ਕਰ ਦਿੰਦਾ ਇੱਕ ਵਾਰ ਤੁਹਾਨੂੰ ਦੱਸ ਦਿੰਦਾ ਕਿਸ ਤਰ੍ਹਾਂ ਤੁਸੀਂ ਕਰੈਕਸ਼ਨ ਕਰ ਸਕਦੇ ਹੋ ਔਰ ਬਿਲਕੁਲ ਆਸਾਨ ਹੈ ਆਪਣੇ ਹੀ ਫੋਨ ਤੇ ਕਰ ਸਕਦੇ ਹੋ ਕਿਸੇ ਵੀ ਕੈਫੇ ਦੇ ਵਿੱਚ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਗੀ ਔਰ ਦੇਖ ਸਕਦੇ ਹੋ ਇਹ ਭਰਨ ਤੋਂ ਬਾਅਦ ਤੁਸੀਂ ਲੌਗਇਨ ਕਰੋਗੇ ਔਰ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਕੇ ਜਿਹੜਾ ਫਾਰਮ ਖੁੱਲ ਜਾਏਗਾ ਔਰ ਇਹ ਦੁਬਾਰਾ ਕਰਨਾ ਪੈਂਦਾ ਔਰ ਇਹ ਟੈਕਨੀਕਲ ਇਹਦਾ ਰੀਜ਼ਨ ਹੈਗਾ ਔਰ ਇੱਕ ਵਾਰ ਕਰਨ ਤੇ ਨਹੀਂ ਖੁੱਲਦਾ ਔਰ ਤੁਸੀਂ ਜਦੋਂ ਇੱਕ ਵਾਰ ਫਿਰ ਕਰੋਗੇ ਤਾਂ ਇਹ ਖੁੱਲ ਜਾਏਗਾ ਦੁਬਾਰਾ ਔਰ ਤੁਸੀਂ ਦੇਖੋਗੇ 47 L E ਔਰ ਲੌਗ ਇਨ ਕਰ ਦਿਓ ਇਸ ਨੂੰ ਠੀਕ ਹੈ ਔਰ ਲੌਗ ਇਨ ਕਰਨ ਤੋਂ ਬਾਅਦ ਤੁਹਾਡਾ ਇਸ ਤਰ੍ਹਾਂ ਫਾਰਮ ਖੁੱਲ ਜਾਏਗਾ ਠੀਕ ਹੈ ਔਰ ਫਾਰਮ ਖੁੱਲਣ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਲੈਕਸ਼ਨ ਕਰ ਸਕਦੇ ਹੋ ਜਿਵੇਂ ਫਾਈਲ ਐਡਿਟ ਜਨਰਲ ਪ੍ਰੋਫਾਈਲ ਦੇ ਵਿੱਚ ਜਿਹੜੀ ਐਡੀਟਿੰਗ ਕਰ ਸਕਦੇ ਹੋ ਤੁਹਾਡੀ ਫੋਟੋ ਸਿਨੈਚਰ ਦੇ ਵਿੱਚ ਕੋਈ ਮਿਸਟੇਕ ਹੈਗੀ ਆ ਔਰ ਪ੍ਰੀਵਿਊ ਫਾਰਮ ਜਿਹੜਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਔਰ ਪੇਪਰ ਪ੍ਰਿੰਟ ਜਿਵੇਂ ਕਿ ਮੈਂ ਤੁਹਾਨੂੰ ਦਿਖਾਉਣਾ ਇੱਕ ਵਾਰ ਇੱਥੇ ਪੇਪਰ ਪ੍ਰਿੰਟ ਤੇ ਆਪਾਂ ਜਾਵਾਂਗੇ ਜਦੋਂ ਔਰ ਤੁਹਾਡੇ ਕਿਸ ਤਰ੍ਹਾਂ ਸਾਰਾ ਜਿਹੜਾ ਬਾਇਓ ਡਾਟਾ ਇਹਦੇ ਸਾਈਡ ਤੇ ਖੁੱਲ ਜਾਏਗਾ ਠੀਕ ਹੈ ਤਾਂ ਉਹ ਸਾਰਾ ਤੁਸੀਂ ਕਰ ਸਕਦੇ ਹੋ ਪ੍ਰੋਪਰ ਜਿਹੜੀ ਤੁਹਾਨੂੰ ਐਡੀਟਿੰਗ ਕਰਨ ਦਾ ਇੱਥੇ ਜਿਹੜਾ ਟਾਈਮ ਜਿਹੜਾ ਦਿੱਤਾ ਗਿਆ ਔਰ 28 ਤਰੀਕ ਤੱਕ ਜਿਹੜਾ ਤੁਹਾਨੂੰ ਇਹ ਟਾਈਮ ਹੈਗਾ ਔਰ ਗੱਲ ਕੀਤੀ ਜਾਊਗੀ ਅ ਜੇਕਰ ਦੁਬਾਰਾ ਵੈਬਸਾਈਟ ਖੁੱਲੇਗੀ ਜਾਂ ਨਹੀਂ ਖੁੱਲੇਗੀ ਦੇਖੋ ਇਹ ਸ਼ੋਰ ਹੋ ਚੁੱਕਿਆ ਲਗਭਗ ਕਿ ਦੁਬਾਰਾ ਵੈਬਸਾਈਟ ਹੁਣ ਨਹੀਂ ਖੁੱਲੇਗੀ ਨਹੀਂ ਅਪਲਾਈ ਹੋਏਗਾ ਕਿਉਂਕਿ ਇਹਨਾਂ ਨੇ ਕਰੈਕਸ਼ਨ ਲਈ ਲਿੰਕ ਦੇ ਦਿੱਤਾ ਅਗਰ ਜੇ ਦੁਬਾਰਾ ਵੈਬਸਾਈਟ ਖੁੱਲਣੀ ਹੁੰਦੀ ਤਾਂ ਕਰੈਕਸ਼ਨ ਲਈ ਲਿੰਕ ਨਹੀਂ ਦਿੰਦੇ ਸੀ ਔਰ ਦੂਸਰੀ ਗੱਲ ਹੈ ਪੀਐਸਟੈਟ ਦੀ ਡੇਟ 15 ਦਸੰਬਰ ਚੇਂਜ ਹੋਵੇਗੀ ਜਾਂ ਨਹੀਂ ਦੇਖੋ ਨੈਟ ਦਾ ਪੇਪਰ ਜਿਹੜਾ 15 ਦਸੰਬਰ ਨੂੰ ਉਸ ਦੀ ਕਮੀਤੀ ਹੈਗੀ 15 ਦਸੰਬਰ ਨੂੰ ਜਿਹੜਾ ਪੇਪਰ ਹੋਣ ਜਾ ਰਿਹਾ ਔਰ ਨੈਸ਼ਨਲ ਟੈਸਟ ਆਏਗਾ ਇਸੇ ਕਰਕੇ ਜਿਹੜਾ ਹੋ ਸਕਦਾ ਹੈ 99% ਜਿਹੜੀ ਸੁਭਾਵਨਾ ਹੈਗੀ ਹੈ ਕਿ 15 ਦਸੰਬਰ ਤੋਂ ਜਿਹੜਾ ਡੇਟ ਚੇਂਜ ਹੋ ਸਕਦੀ ਹੈ ਔਰ ਇਸੇ ਹੀ ਸਾਲ ਦੇ ਵਿੱਚ ਜਿਹੜਾ ਪੇਪਰ کہہ ਸਕਦੇ ਆ ਵੀ ਹੋਵੇਗਾ ਬਟ ਲੇਟ ਹੋ ਸਕਦਾ ਪਰ ਸ਼ੋਰ ਨਹੀਂ ਕਹਿ ਸਕਦੇ ਆਪਾਂ ਔਰ ਨੈਟ ਦੇ ਮੁਤਾਬਕ ਆਪਾਂ ਜੇਕਰ ਸੋਚੀਏ ਕਿਉਂਕਿ ਨੈਟ ਦਾ ਪੇਪਰ 15 ਦਸੰਬਰ ਨੂੰ ਹੈਗਾ ਤਾਂ ਕਰਕੇ ਜਿਹੜਾ ਇਹ ਡੇਟ ਆ ਚੇਂਜ ਹੋ ਸਕਦੀ ਹੈ ਠੀਕ ਹੈ ਜੀ ਅਗਰ ਤੁਹਾਨੂੰ ਇਨਫੋਰਮੇਸ਼ਨ ਵਧੀਆ ਲਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਸਟੱਡੀ ਨਾਲ ਸੰਬੰਧ ਜੋਬ ਨਾਲ ਸੰਬੰਧ ਤੁਹਾਨੂੰ ਇਸ ਚੈਨਲ ਤੇ ਨੋਟੀਫਿਕੇਸ਼ਨ ਮਿਲਦੇ ਰਹਿੰਦੇ ਆ ਔਰ ਜੇਕਰ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ ਤੁਹਾਨੂੰ ਹਰ ਇੱਕ ਲੈਕਚਰ ਹਰ ਇੱਕ ਸਬਜੈਕਟ ਦਾ ਲੈਕਚਰ ਜਿਹੜਾ ਅਪਡੇਟ ਮਿਲ ਰਿਹਾ ਹੈ ਸਾਡੇ ਇਸ ਚੈਨਲ ਤੇ ਔਰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕ ਤੁਹਾਨੂੰ ਸਾਰੇ ਹੀ ਲੈਕਚਰ ਮਿਲ ਜਾਣਗੇ ਠੀਕ ਹੈ ਜੀ ਔਰ ਤੁਸੀਂ ਨੋਟਸ ਵੀ ਲੈ ਸਕਦੇ ਹੋ ਸਟਡੀ ਨੋਟਸ 6th ਤੋਂ 8th ਕਲਾਸ ਤੱਕ ਦੇ ਜਿਹੜੇ ਨੋਟਸ ਜਿਹੜੇ ਤੁਹਾਨੂੰ ਐਸਐਸਟੀ ਦੇ ਜਿਹੜੇ ਦਿੱਤੇ ਜਾ ਰਹੇ ਬਿਲਕੁਲ ਸਮਾਲ ਕੋਸਟ ਦੇ ਵਿੱਚ ਇਸ ਤੋਂ ਬਾਅਦ ਤੁਹਾਨੂੰ ਪੀਐਸਟੈਟ ਦੇ ਨਜ਼ਦੀਕ ਆਉਂਦੇ ਆਉਂਦੇ ਹੀ ਜਿਹੜਾ ਕਾਫੀ ਨਜ਼ਦੀਕ ਆ ਚੁੱਕਿਆ ਔਰ ਬਹੁਤ ਹੀ ਜਿਹੜਾ ਘੱਟ ਦਿਨਾਂ ਦੇ ਵਿੱਚ ਤੁਹਾਨੂੰ ਸਾਈਕੋਲੋਜੀ ਔਰ ਸਾਈਕੋਲੋਜੀ ਦੇ ਲਗਭਗ 1200 ਕੁਐਸਚਨ ਜਿਹੜੇ ਤੁਹਾਨੂੰ ਅਪਡੇਟ ਕਰਾਏ ਜਾਣਗੇ ਔਰ ਮਲਟੀ ਐਮਸੀਕਿਊ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਮਲਟੀ ਚੁਆਇਸ ਕੁਐਸਚਨ ਹੋਣਗੇ ਔਰ 1200 ਜਿਹੜੇ ਟੋਟਲ ਕੁਐਸਚਨ ਤੁਹਾਨੂੰ ਪ੍ਰੋਵਾਈਡ ਕਰਾਏ ਜਾਣਗੇ ਉਹਨਾਂ ਦੀ ਜਿਹੜੀ ਕਿਸ ਤਰ੍ਹਾਂ ਜਿਹੜੀ ਪੇਮੈਂਟ ਕਰਨੀ ਹੋਏਗੀ ਔਰ ਕੀ ਤਰ੍ਹਾਂ ਪ੍ਰਾਈਸ ਰੱਖਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਜਲਦੀ ਹੀ ਤੁਹਾਨੂੰ ਮੈਸੇਜ ਮਿਲ ਜਾਏਗਾ ਇੱਕ ਦੋ ਦਿਨਾਂ ਦੇ ਵਿੱਚ ਠੀਕ ਹੈ ਜੀ ਔਰ ਇਸ ਤੋਂ ਇਲਾਵਾ ਪੰਜਾਬੀ ਪੈਡਾਗੋਜੀ ਦੇ ਵੀ ਜਿਹੜੇ 3-400 ਕੁਐਸਚਨ ਦਾ ਇੱਕ ਪੀਡੀਐਫ ਤੁਹਾਡੇ ਲਈ ਲੈ ਕੇ ਆਵਾਂਗੇ ਠੀਕ ਹੈ ਜੀ ਆਸਕੇ